Sure. Wahguru Ji Ki Fateh. Fateh. Welcome to Let's Talk About It, a series of discussion programs here on the Sikh channel. We are joined today by some distinguished guests to talk about a very topical and important subject for Sikhs across the world, the situation in Punjab over the last 25 years. We recently had some very high profile commemorations of the trauma that was suffered in Punjab in June 1984. So we're joined today by somebody who has a real insight into the events of 1984 and indeed the whole underlying conflict between the Sikhs and the state of India. We're also joined by a guest from the Council of Khalistan who will bring his own perspective. But first of all, let me welcome retired Justice Ajit Singh Bains, a judge of the Punjab and Haryana High Court in India. Justice Sahib, Wahguru Ji Ka Khalsa, Wahguru Ji Ki Fateh, Ji Aayaan Noo. The judge Sahib, 25 saal da jo June 84 da ghallokara, itthe England vich vi, Punjab vich vi, America, Canada vich vi manaya gaya. ਤੇ ਸਿੱਖਾਂ ਲਈ ਬਹੁਤ ਵੱਡਾ ਘੱਲੂਘਾਰਾ ਜਾਂ ਇੱਕ ਟ੍ਰੈਜਡੀ ਸੀ ਤੇ ਇਹਦੇ ਬਾਰੇ ਮੈਂ ਚਾਹੁੰਦਾ ਹਾਂ ਕਿਉਂਕਿ ਤੁਸੀਂ ਤੁਹਾਡਾ ਜਿਹੜਾ ਪਿਛੋਕੜ ਆ ਤੁਸੀਂ ਵਕੀਲ ਵੀ ਆ ਹਿਊਮਨ ਰਾਈਟਸ ਡਿਫੈਂਡਰ ਵੀ ਆ ਬਹੁਤ ਉੱਚੇ ਪੱਧਰ ਦੇ ਤੁਸੀਂ ਬਣ ਚੁੱਕੇ ਆ ਪਿਛਲੇ ਸਾਲ ਤੁਹਾਨੂੰ ਅਵਾਰਡ ਵੀ ਮਿਲਿਆ ਪੰਜਾਬ 'ਚ ਪਰ ਸਭ ਤੋਂ ਵੱਡੀ ਤੁਹਾਡੀ ਜਿਹੜੀ ਤੁਸੀਂ ਇੱਕ ਤਰ੍ਹਾਂ ਤੁਸੀਂ ਹਾਸਲ ਕੀਤਾ ਜਿਹੜਾ ਦਰਜਾ ਉਹ ਜੱਜ ਦਾ ਤੇ ਤੁਹਾਡਾ ਜਿਹੜਾ ਤਜਰਬਾ ਹੈਗਾ ਨਿੱਜੀ ਤਜਰਬਾ ਉਹਦੇ ਬਾਰੇ ਮੈਂ ਚਾਹੁੰਦਾ ਅੱਜ ਸਿੱਖ ਚੈਨਲ ਦੇ ਆਡੀਅੰਸ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕਰੋਗੇ ਸਾਨੂੰ ਇਹਦੇ ਬਾਰੇ ਦੱਸੋਗੇ ਤੇ ਫਿਰ ਆਪਣਾ ਗਾਂ ਵੀ ਪੰਜਾਬ ਦਾ ਜੋ ਹੋਣਾ ਚਾਹੀਦਾ ਉਹਦੇ ਬਾਰੇ ਵੀ ਤੁਸੀਂ ਆਪਣੇ ਸੁਝਾਅ ਪੇਸ਼ ਕਰੋਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਇਹ ਕਰਾਂਗਾ ਕਿ ਤੁਸੀਂ ਆਪਣੇ ਬਾਰੇ ਦੱਸੋ ਕਿ ਤੁਹਾਡਾ ਕੀ ਤਜਰਬਾ ਸੀਗਾ ਉਸ ਵੇਲੇ ਪੰਜਾਬ ਵਿੱਚ ਦਰਅਸਲ ਜਿਹੜਾ ਦਰਬਾਰ ਸਾਹਿਬ ਦਾ ਮੈਂ ਸਾਰਾ ਇਤਿਹਾਸ ਪੜ੍ਹਿਆ ਬਲੂ ਸਟਾਰ ਤੋਂ ਬਾਅਦ ਅਤੇ ਹਰ ਸਰਕਾਰ ਨੇ ਇਹ 'ਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਹਿਲਾਂ ਇੱਥੇ ਜ਼ਾਕਰੀਆ ਖਾਨ ਨੇ ਹਮਲਾ ਕਰਕੇ ਮੱਸੇ ਰੰਗਣ ਨੂੰ ਬਣਾਤਾ ਉਹਨੂੰ ਸੋਧਿਆ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਫਿਰ ਸਿੰਘਾਂ ਦਾ ਕਬਜ਼ਾ ਹੋਇਆ ਫਿਰ ਇੱਥੇ ਅਹਿਮਦ ਸ਼ਾਹ ਅਬਦਾਲੀ ਵੀ ਆਇਆ ਉਹਦਾ ਮੁਕਾਬਲਾ ਭਾਈ ਗੁਰਬਖਸ਼ ਸਿੰਘ ਉਹ ਸ਼ਹੀਦ ਹੋਏ ਫਿਰ ਅਹਿਮਦ ਸ਼ਾਹ ਅੰਦਰ ਗਿਆ ਮਗਰ ਇਹ ਰਿਹਾ ਇੱਥੇ ਕਿ ਜਿਸ ਵੀ ਸਰਕਾਰ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਉਹ ਸਰਕਾਰ ਫਿਰ ਗਾਂ ਰਹੀ ਨਹੀਂ ਹੈ ਨਾ ਮੱਸਾ ਰੰਗੜ ਰਿਹਾ ਨਾ ਉਹ ਅਫਗਾਨਾਂ ਦਾ ਰਾਜ ਰਿਹਾ ਨਾ ਦਰਬਾਰ ਸਾਹਿਬ ਦੀ ਇੱਕ ਇੱਕ ਇੱਟ ਜਿਹੜੀ ਸ਼ਹੀਦਾਂ ਦੇ ਖੂਨ ਨਾਲ ਭਿੱਜੀ ਪਈ ਆ ਹਾਂਜੀ ਔਰ ਬਾਬੇ ਨਾਨਕ ਤੋਂ ਲੈ ਕੇ ਮੈਂ ਸਮਝਦਾ ਕਿ ਜਿਹੜਾ ਪੰਜਾਬ ਦਾ ਇਤਿਹਾਸ ਹੈ ਉਹ ਸਾਰਾ ਹੀ ਦਰਬਾਰ ਸਾਹਿਬ ਨਾਲ ਜੁੜਿਆ ਆ ਅਤੇ ਔਰ ਸਿੱਖਾਂ ਨਾਲ ਜੁੜਿਆ ਆ ਜਦੋਂ ਪਹਿਲਾਂ ਮੁਗਲਾਂ ਦਾ ਮੁਕਾਬਲਾ ਬਾਬੇ ਨਾਨਕ ਨੇ ਹੀ ਜਦੋਂ ਬਾਬਰ ਆਇਆ ਬਾਬਰ ਨੂੰ ਜਾਬਰ ਕਿਹਾ ਔਰ ਬਾਬਰ ਦੀ ਜੇਲ੍ਹ 'ਚ ਵੀ ਰਹੇ ਬਾਬਰ ਨੂੰ ਚੈਲੇਂਜ ਕੀਤਾ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾ ਲਓ ਖੁਰਾ ਸਾਂ ਸਮਾਨ ਕੀਆ ਸਮਾਨਾ ਕੀਆ ਹਿੰਦੁਸਤਾਨ ਡਰਾਇਆ ਇਤੀ ਮਾਰ ਪਈ ਕੁਰਲਾਣੇ ਕੀ ਤੈਂ ਦਰਦ ਨਾ ਆਇਆ ਬਾਬੇ ਨਾਨਕ ਨੇ ਰੱਬ ਨੂੰ ਵੀ ਉਲਾਂਭਾ ਦਿੱਤਾ ਅਤੇ ਇੰਨੀ ਹੋ ਰਹੀ ਯਾਦ ਕੋਈ ਦਰਦ ਨਹੀਂ ਆਇਆ ਔਰ ਉਸ ਤੋਂ ਬਾਅਦ ਬਾਬੇ ਨੇ ਫਿਰ ਕੌਲ ਕਰਤੀ ਜੋ ਅੱਜ ਅਸੀਂ ਹਿਊਮਨ ਰਾਈਟਸ ਵਾਲੇ ਹੁਣ ਗੱਲਾਂ ਕਰਦੇ ਹਾਂ ਜਾਂ ਯੂ ਐੱਨ ਓ ਨੇ 1948 'ਚ 10 ਦਸੰਬਰ 1948 ਨੂੰ ਜਿਹੜਾ ਇੰਟਰ ਯੂਨੀਵਰਸਲ ਡੈਕਲਰੇਸ਼ਨ ਆਫ ਹਿਊਮਨ ਰਾਈਟਸ ਪਾਸ ਕੀਤਾ ਉਹ ਬਾਬੇ ਨਾਨਕ ਨੇ 500 ਸਾਲ ਪਹਿਲਾਂ ਕਹਿ ਦਿੱਤਾ ਸੀ ਉਹ ਸਾਰੀਆਂ ਚੀਜ਼ਾਂ
ਬਾਬੇ ਨੇ ਕਿਹਾ ਕਿ ਸਾਰੇ ਇਨਸਾਨ ਇੱਕੋ ਜਿਹੇ ਆ, ਕਿਸੇ ਨਾਲ ਵਿਤਕਰਾ ਨਾ ਕਰੋ ਔਰ ਸੱਚ 'ਤੇ ਪਹਿਰਾ ਦਿਓ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੋ, ਇਸ ਬੰਦੇ ਦੇ ਦੁਸ਼ਮਣ ਨੇ। ਔਰ ਬੀਬੀਆਂ ਨਾਲ ਵੀ ਕੋਈ ਵਿਤਕਰਾ ਨਾ ਕਰੋ। ਪਹਿਲਾਂ ਜਿਹੜਾ ਸੀ ਮਨੂਵਾਦ ਦਾ ਵਿਚਾਰ, ਉਹ ਬੀਬੀਆਂ ਨੂੰ ਢੋਰ ਤਾਂ ਪਸ਼ੂ ਦੇ ਮੁਤਾਬਕ ਸੀ, ਢੋਰ ਪਸ਼ੂ ਅਤੇ ਨਾਰੀ ਤਿੰਨੋਂ ਤਾੜਨ ਕੇ ਅਧਿਕਾਰੀ। ਬਾਬੇ ਨਾਨਕ ਨੇ ਆਵਾਜ਼ ਉਠਾਈ ਕਿ ਸੋ ਕੋ ਮੰਦਾ ਆ ਕੇ ਜਿਸ ਚਣੇ ਰਾਜਾ, ਬਗੈਰ ਬੀਬੀਆਂ 'ਤੇ ਤਾਂ ਘਰੇ ਨਹੀਂ ਚੱਲਦੇ, ਸਾਰੀ ਨਸਲ ਖਤਮ ਹੋ ਜਾਂਦੀ ਹੈ। ਔਰ ਪੂਰਾ ਉਹਨਾਂ ਨੇ ਸਤਿਕਾਰ ਕੀਤਾ। ਬਾਣੀ ਦੇ ਵਿੱਚ ਉਹਨਾਂ ਦੀਆਂ 10-15-20 ਲਾਈਨਾਂ ਇਸ 'ਤੇ ਹੈਗੀਆਂ। ਫਿਰ ਉਹਨਾਂ ਨੇ ਕਿਹਾ ਘਾ ਖਾ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ, ਕਿ ਕੰਮ ਕਰੋ ਔਰ ਉਹਦੇ ਵਿੱਚੋਂ ਆਪਣੀ ਜਿਹੜੀ ਨੇਕ ਕਮਾਈ ਆ ਉਹਦੇ ਵਿੱਚੋਂ ਜਿੰਨਾ ਕੁ ਤੁਸੀਂ ਦਸਬੰਧ ਦੇ ਸਕਦੇ ਹਾਂ ਸੇਵਾ ਕਰੋ। ਔਰ ਅਖੀਰ 'ਚ ਆ ਕੇ ਵੀ ਜਿਸ ਤਰ੍ਹਾਂ ਸਭ ਨੂੰ ਪਤਾ ਕਿ ਬਾਬੇ ਨਾਨਕ ਨੇ ਉਦਾਸੀਆਂ ਤੋਂ ਬਾਅਦ ਵੀ ਆ ਕੇ 12 ਸਾਲ ਆਪ ਹਾਰ ਬਾ ਕੇ ਰੋਟੀ ਖਾਧੀ। ਬਾਬਾ ਬੁੱਢਾ ਜੀ ਕਹਿੰਦੇ ਕਿ ਗੁਰੂ ਜੀ ਮੈਂ ਜੋ ਕਰਦਾ, ਉਹ ਕਹਿੰਦੇ ਠੀਕ ਹੈ ਤੂੰ ਆਪਣੀ ਕਰ, ਮੈਂ ਤੇਰੀ ਕਮਾਈ ਥੋੜ੍ਹੋ ਖਾਣੀ ਹੈ। ਠੀਕ, ਅਖੀਰ 'ਚੋਂ ਇਹ ਸਾਡੇ ਗੁਰੂ ਸੀ। ਔਰ ਸਾਰੇ ਔਰ ਉਸ ਵੇਲੇ ਉਹਨਾਂ ਨੇ ਕਿਹਾ ਕਿ ਜੇ ਤਾਂ ਉਹ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਤੁਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਸਿਰ ਦੇ ਜਿਹੜਾ ਵੀ ਇਸ ਮਾਰਗ 'ਤੇ ਆਉਣਾ ਚਾਹੁੰਦਾ ਇਹ ਰਾਹ ਬੜਾ ਔਖਾ ਔਰ ਇਹ 'ਤੇ ਸਿਰ ਵੀ ਦੇਣਾ ਪੈ ਸਕਦਾ। ਉਹਨਾਂ ਨੇ ਇਹ ਕੌਲ ਕਰ ਔਰ ਬੜੀ ਵੰਡਰਫੁਲ ਲਾਈਨ ਕਿ ਸਾਰੇ ਗੁਰੂ ਸਾਹਿਬਾਨ ਜਿਹੜਾ ਉਹ ਮਾਰਗ ਦਿਖਾ ਗਏ ਸੀ ਉੱਤੇ ਚੱਲੇ। ਔਰ ਗੁਰੂ ਅਰਜਨ ਦੇਵ ਜੀ ਸਾਡੇ ਪਹਿਲੇ ਸ਼ਹੀਦ, ਜਿਹੜੇ ਸ਼ਹੀਦਾਂ ਦੇ ਸਰਤਾਜ, ਉਹ ਸਰਕਾਰ ਨੇ ਵੀ ਦਖਲ ਦਿੱਤਾ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਿੱਤਾ। ਸਾਰਾ ਭਾਈ ਗੁਰਦਾਸ ਨਾਲ ਬੈਠੇ ਸਾਰੇ ਹਿੰਦੁਸਤਾਨ ਦੀ ਜਿਹੜੀ 500 ਸਾਲ ਦੀਆਂ ਚੰਗੀਆਂ ਲਿਖਤਾਂ ਬਾਣੀ ਉਹ ਗੁਰੂ ਗ੍ਰੰਥ ਸਾਹਿਬ 'ਚ ਪਾਈ। ਬਾਬਾ ਫਰੀਦ 12ਵੀਂ ਸਦੀ 'ਚ ਹੋਏ ਆ, ਇਸੇ ਤਰ੍ਹਾਂ ਰਵਿਦਾਸ ਹੋਰ ਜਿੰਨੇ ਆ, ਜੈਦੇਵ ਜਿੰਨੇ ਭਗਤ, ਉਹ ਸਾਰੇ ਪਹਿਲਾਂ ਹੋਏ। ਹਾਂਜੀ, ਔਰ ਉਹਨਾਂ ਦੀ ਬਾਣੀ ਫਿਰ 10ਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਦੀ ਬਾਣੀ ਜਿਹੜੀ ਆ 9ਵੇਂ ਪਾਤਸ਼ਾਹ ਦੀ, ਉਹ 10ਵੇਂ ਪਾਤਸ਼ਾਹ ਨੇ ਇਹਦੇ ਵਿੱਚ ਐਡ ਕੀਤੀ। 500 ਸਾਲ ਦਾ ਇਸ ਗ੍ਰੰਥ ਦੇ ਵਿੱਚ ਗਿਆਨ ਹੈ, ਪਰ ਸਾਡੀ ਮੁਸ਼ਕਲ ਇਹ ਆ ਕਿ ਅਸੀਂ ਪੂਜਣ ਲੱਗ ਪਏ ਹਾਂ ਗੁਰੂ ਗ੍ਰੰਥ ਸਾਹਿਬ ਨੂੰ। ਦੇਖੋ ਜੀ, ਪੁਜਾਰੀ ਸੋਤਾ, ਤੁਸੀਂ ਵੀ ਇਹਦੇ ਬਾਰੇ ਜ਼ਿਕਰ ਕਰੋ। ਇਹਨਾਂ ਨੇ ਮੈਂਸ਼ਨ ਜੋ ਕੀਤਾ ਸਿੱਖ ਫਿਲਾਸਫੀ ਦਾ, ਇਨਕਲਾਬੀ ਸੋਚ ਗੁਰੂਆਂ ਦੀ ਔਰ ਬਾਕੀ ਜਿਹੜੇ ਬਾਅਦ 'ਚ ਵੀ ਜਿਹੜੇ ਸਿੱਖ ਆਏ ਆ, ਅਤੇ ਇਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਆਪਾਂ ਵੀ ਉੱਤੇ ਫੋਕਸ ਕਰਨਾ, ਜਿਹੜਾ ਟੱਕਰ ਹੋ ਗਿਆ ਸਾਹਮਣੇ ਆਇਆ ਪਿਛਲੇ 20-25 ਸਾਲਾਂ ਦਾ ਸਿੱਖ ਕੌਮ ਦਾ ਅਤੇ ਇੰਡੀਅਨ ਸਟੇਟ ਦਾ। ਉਸ ਵੇਲੇ ਹੋਰ ਵੀ ਸਟੇਟ ਸੀਗੇ ਮੁਗਲਾਂ ਦਾ ਰਾਜ, ਕਿਉਂਕਿ ਇਹ ਜਿਹੜੀ ਸਿੱਖਾਂ ਦੀ ਜਿਹੜੀ ਫਿਲਾਸਫੀ ਆ ਅਤੇ ਬਾਹਰਲੀਆਂ ਜਿਹੜੀਆਂ ਹਕੂਮਤਾਂ ਆ, ਇਹਨਾਂ ਦਾ ਜਿਹੜਾ ਟਕਰਾਓ ਆ ਇਹ ਕਿਉਂ ਹੁੰਦਾ ਆ? ਦੇਖੋ ਜੀ, ਜਿਹੜੀ ਚੀਜ਼ ਆ ਕਿ ਕੋਈ ਵੀ ਧਰਮ ਜਿਸ ਵੇਲੇ ਪ੍ਰਫੁੱਲਿਤ ਹੁੰਦਾ, ਮੌਕੇ ਦੀਆਂ ਸਰਕਾਰਾਂ ਉਹਨਾਂ ਨੂੰ ਸਦਾ ਰੋਕਦੀਆਂ ਆ। ਜੇਕਰ ਬੀਜ ਜ਼ਮੀਨ ਦੇ ਵਿੱਚ ਬੀਜਿਆ ਜਾਵੇ ਤਦ ਹੀ ਉੱਗ ਸਕਦਾ, ਜੇ ਜ਼ਮੀਨ ਦੇ ਵਿੱਚ ਬੀਜ ਬੀਜਿਆ ਨਾ ਜਾਵੇ ਤਾਂ ਉਹ ਉੱਗ ਨਹੀਂ ਸਕਦਾ। ਇਸ ਕਰਕੇ ਜਿਹੜੀ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਫਿਲੋਸਫੀ ਦਿੱਤੀ ਆ, ਸਾਨੂੰ ਕਿਰਤ ਕਰੋ, ਵੰਡ ਛਕੋ, ਫਿਰ ਪਰਮਾਤਮਾ ਦਾ ਸ਼ੁਕਰਾਨਾ ਕਰੋ, ਉਹ ਜਿਹੜੀ ਫਿਲੋਸਫੀ ਆ ਉਹ ਅਸੀਂ ਉਹ ਤਦੇ ਹੀ ਪ੍ਰਫੁੱਲਿਤ ਕਰ ਸਕਦੇ ਹਾਂ, ਤਦੇ ਉਹਨੂੰ ਇੰਪਲੀਮੈਂਟ ਕਰ ਸਕਦੇ ਹਾਂ ਜੇਕਰ ਸਾਡੇ ਕੋਲ ਆਪਣਾ ਘਰ, ਆਪਣਾ ਕੋਈ ਨਾ ਕੋਈ ਸਟਰਕਚਰ ਹੋਊਗਾ। ਉਹਦਾ ਕਾਰਨ ਇਹ ਹੀ ਆ ਕਿ ਜਿਹੜੀ ਹਿੰਦੁਸਤਾਨ ਦੀ ਸੈਂਟਰਲ ਸਰਕਾਰ ਵਾ ਉਹ ਉਹਨੂੰ ਪ੍ਰਫੁੱਲਿਤ ਨਹੀਂ ਹੋਣ ਦਿੰਦੀ। ਪ੍ਰਫੁੱਲਿਤ ਕਿਉਂ ਨਹੀਂ ਹੋਣ ਦਿੰਦੀ? ਕਿਉਂਕਿ ਜੇਕਰ ਕੋਈ ਚੀਜ਼ ਚੰਗੀ ਹਰੇਕ ਬੰਦੇ ਨੂੰ ਮਿਲ ਜਾਵੇ ਤਾਂ ਉਹ ਹਰੇਕ ਕੋਈ ਚਾਹੁੰਦਾ ਕਿ ਮੈਨੂੰ ਵੀ ਮਿਲੇ ਅਤੇ ਅਸੀਂ ਗਾਹਾਂ ਦੇ ਗਾਹਾਂ। ਦੀ ਅਪਰਚੁਨਿਟੀਜ਼ ਮਸਟ ਬੀ ਰੇਜ਼ਡ ਬਾਏ ਦਾ ਗਵਰਨਮੈਂਟਸ, ਐਂਡ ਦਾ ਗਵਰਨਮੈਂਟ ਡਸ ਨਾਟ ਵਾਂਟ ਟੂ ਗਿਵ ਦੀ ਅਪਰਚੁਨਿਟੀ ਟੂ ਦਾ ਸਿੱਖਸ ਬਿਕੋਜ਼ ਦੇ ਆਰ